ਇਹ ਖਬਰ ਤੇ ਬਸ ਇਹਨਾਂ ਇਲੈਕਸ਼ਨਾਂ ਦੇ ਵਿੱਚ ਆਪਾਂ ਦੋ ਤਿੰਨ ਗੱਲਾਂ ਬਹੁਤ ਇੰਪੋਰਟੈਂਟ ਵੇਖਾਂਗੇ। ਗੋਲੀਆਂ ਚੱਲੀਆਂ, ਬੰਦੇ ਮਰੇ ਆ, ਲੀਡਰ ਜ਼ਖਮੀ ਹੋਏ ਆ। ਇੱਕ ਜਿਹੜੀ ਗੱਲ ਨੋਟ ਕੀਤੀ ਗਈ ਕਿ ਗੈਂਗਸਟਰਾਂ ਦਾ ਵੀ ਕਿਤੇ ਨਾ ਕਿਤੇ ਇਹਨਾਂ ਇਲੈਕਸ਼ਨਾਂ 'ਚ ਪ੍ਰਭਾਵ ਜਾਂ ਉਹਨਾਂ ਦੀ ਦਖਲਅੰਦਾਜ਼ੀ ਦੇਖੀ ਗਈ ਹੈਗੀ ਹੈ। ਜੇ ਹਾਈ ਕੋਰਟ ਨੂੰ ਐਂ ਲੱਗਾ ਵੀ ਨਹੀਂ ਇਹ ਠੀਕ ਨਹੀਂ ਹੈਗਾ, ਜਾਂ ਪ੍ਰੀਵਲੀ ਹਿਸਟਰੀ ਵੇਖੀਏ ਤਾਂ ਇਲੈਕਸ਼ਨ ਪਟੀਸ਼ਨ 'ਚ ਆਮ ਤੌਰ 'ਤੇ ਹਾਈ ਕੋਰਟ ਇੰਟਰਫੀਅਰ ਨਹੀਂ ਕਰਦੀ। ਜੇ ਕੋਈ ਇਹ ਆਰਡਰ ਆ ਗਿਆ ਕਿ ਮਤਲਬ ਕੁਛ ਰੱਦ ਕਰ ਦਿਓ ਜਾਂ ਕੁਛ ਸਹੀ ਕਰ ਦਿਓ, ਬਟ ਫਿਲਹਾਲ ਪੰਜਾਬ ਸਰਕਾਰ ਨੂੰ ਇੱਕ ਝਟਕਾ ਕਹਿ ਸਕਦੇ, ਉਹਦੇ ਨਾਲ ਇੱਕ ਪ੍ਰਸ਼ਾਸਨ ਨੂੰ ਬਹੁਤ ਵੱਡੀ ਰਾਹਤ ਮਿਲੀ ਹੈ ਕਿ ਪੰਜਾਬ ਭਰ ਦੇ ਵਿੱਚ ਜਿੱਥੇ ਵੀ ਨੋਮੀਨੇਸ਼ਨ ਰੱਦ ਹੋਈਆਂ ਸੀ ਉੱਥੇ ਐਜੀਟੇਸ਼ਨ ਵਗੈਰਾ ਚੱਲ ਰਹੀਆਂ ਹੈਗੀਆਂ ਸੀ। ਤਾਂ ਇਹਦਾ ਮਤਲਬ ਇਹ ਵੀ ਅੱਜ ਤੋਂ ਲੈ ਕੇ 14 ਅਕਤੂਬਰ ਤੱਕ ਜਿਹੜੀ ਐਜੀਟੇਸ਼ਨਾਂ ਜਿਹੜੀਆਂ ਉਹ ਸਮਾਪਤ ਕਰਨੀਆਂ ਪੈਣਗੀਆਂ, ਰੁਕ ਹੋ ਜਾਣਗੀਆਂ। ਹਾਲਾਂਕਿ ਅੱਜ ਤੋਂ ਲੈ ਕੇ 14 ਅਕਤੂਬਰ ਤੱਕ ਹੋਣਾ ਵੀ ਕੁਛ ਨਹੀਂ ਗਾ, ਸਿਰਫ ਚੋਣ ਪ੍ਰਚਾਰ ਹੋਣਾ ਹੈਗਾ। 15 ਅਕਤੂਬਰ ਨੂੰ ਵੋਟਾਂ ਪੈਣੀਆਂ ਹੈਗੀਆਂ। 14 ਅਕਤੂਬਰ ਨੂੰ ਪੰਜਾਬ ਸਰਕਾਰ ਦਾ ਤੇ ਜਿਹੜੇ ਚੋਣ ਅਧਿਕਾਰੀਆਂ ਦਾ ਪੱਖ ਜਾਣਨ ਤੋਂ ਬਾਅਦ ਕੋਈ ਨਵਾਂ ਫੈਸਲਾ ਆਉਣ ਦੀ ਸੰਭਾਵਨਾ ਹੈਗੀ ਹੈ। ਨਮਸਕਾਰ ਜੀ, ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡਾਇਰੀ। ਹਾਲੀ ਸਾਹਿਬ, ਜਿਹੜਾ ਪੰਜਾਬ ਦੇ ਵਿੱਚ ਪੰਚਾਇਤੀ ਰਾਜ ਐਕਟ ਤਹਿਤ ਜਿਹੜੀਆਂ ਇਲੈਕਸ਼ਨ ਹੋ ਰਹੇ ਆ, ਜਿਹ ਤਹਿਤ 13,227 ਪੰਚਾਇਤਾਂ ਚੁਣੀਆਂ ਜਾਣੀਆਂ ਹੈਗੀਆਂ। 15 ਅਕਤੂਬਰ ਨੂੰ ਵੋਟਾਂ ਪੈਣੀਆਂ ਔਰ ਉਸੇ ਦਿਨ ਜਿਹੜੇ ਰਿਜ਼ਲਟ ਆਉਣੇ ਹੈਗੇ ਆ। ਇਸੇ ਦਰਮਿਆਨ ਜਿਹੜੀ ਨੋਮੀਨੇਸ਼ਨ ਕੀਤੀ ਗਈ ਸੀ ਉਹਦੇ ਵਿੱਚ ਕਰੀਬ 300 ਮੈਂਬਰ ਪੰਚਾਇਤ ਜਾਂ ਸਰਪੰਚ ਆ, ਜਿਹੜੇ ਪੰਚਾਇਤਾਂ ਨਹੀਂ ਕਹਿ ਸਕਦੇ, ਮੈਂਬਰ ਪੰਚਾਇਤ ਜਾਂ ਸਰਪੰਚ ਆ ਜਿਹੜੇ ਉਹ ਹਾਈ ਕੋਰਟ ਗਏ ਸੀ। ਉਹਨਾਂ ਨੇ ਇਹ ਐਲੀਗੇਸ਼ਨ ਲਾਇਆ ਹੈਗਾ ਕਿ ਸਾਡੇ ਜਿਹੜੇ ਹੈਗੇ ਆ ਵੇਗ ਆਧਾਰ ਤੇ ਜਿਹੜੀ ਨੋਮੀਨੇਸ਼ਨ ਰੱਦ ਕੀਤੇ ਗਏ ਆ। ਇਹ ਪਟੀਸ਼ਨਾਂ ਪਾਈਆਂ ਨੂੰ 3 ਦਿਨ ਹੋ ਗਿਆ ਸੀ। ਅੱਜ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਕੇਸ਼ਨਲ ਜੱਜ, ਕਿਉਂਕਿ ਵੈਸੇ ਹਾਈ ਕੋਰਟ ਛੁੱਟੀਆਂ ਚੱਲ ਰਹੀਆਂ ਹੈ, ਵਕੇਸ਼ਨਲ ਜੱਜ ਨੇ ਸੁਣਵਾਈ ਕਰਦੇ ਆ, ਜਿਹੜਾ ਮਤਲਬ ਹੈਗਾ 250 ਰਿਟ ਪਟੀਸ਼ਨਾਂ 'ਚ ਪੰਜਾਬ ਸਰਕਾਰ ਨੂੰ ਇਹ ਆਰਡਰ ਕੀਤਾ ਹੈਗਾ ਕਿ ਇਹਨਾਂ ਦੀ ਅਗਲੀ ਪ੍ਰਕਿਰਿਆ 'ਤੇ ਰੋਕ ਲਾਈ ਜਾਵੇ, ਭਾਵੇਂ ਕਿ ਵੀ ਹਜੇ ਇਹਦੇ 'ਤੇ ਕੋਈ ਨੈਕਸਟ ਸਟੈਪ ਨਾ ਚੱਕਿਆ ਜਾਵੇ। ਹਾਲਾਂਕਿ ਅੱਜ ਤੋਂ ਲੈ ਕੇ 14 ਅਕਤੂਬਰ ਤੱਕ ਹੋਣਾ ਵੀ ਕੁਛ ਨਹੀਂ ਗਾ, ਸਿਰਫ ਚੋਣ ਪ੍ਰਚਾਰ ਹੋਣਾ ਹੈਗਾ। 15 ਅਕਤੂਬਰ ਨੂੰ ਵੋਟਾਂ ਪੈਣੀਆਂ ਹੈਗੀਆਂ। 14 ਅਕਤੂਬਰ ਨੂੰ ਪੰਜਾਬ ਸਰਕਾਰ ਦਾ ਤੇ ਜਿਹੜੇ ਚੋਣ ਅਧਿਕਾਰੀਆਂ ਦਾ ਪੱਖ ਜਾਣਨ ਤੋਂ ਬਾਅਦ ਕੋਈ ਨਵਾਂ ਫੈਸਲਾ ਆਉਣ ਦੀ ਸੰਭਾਵਨਾ ਹੈਗੀ ਹੈ। 60 ਦੇ ਕਰੀਬ ਜਿਹੜੀਆਂ ਇਲੈਕਸ਼ਨ ਪਟੀਸ਼ਨ ਹੈਗੀਆਂ ਉਹਨਾਂ ਦੀ ਕੱਲ੍ਹ ਨੂੰ ਸੁਣਵਾਈ ਹੋਣੀ ਹੈਗੀ ਆ। ਫਿਲਹਾਲ ਜਿਹੜੇ ਬੰਦੇ ਹਾਈ ਕੋਰਟ ਦੇ ਵਿੱਚ ਗਏ ਸੀ ਉਹਨਾਂ ਬੰਦਿਆਂ ਦੀ ਪਟੀਸ਼ਨ ਤੇ ਸੁਣਵਾਈ ਕਰਕੇ ਅਗਲੀ ਕਾਰਵਾਈ ਤੇ ਰੋਕ ਲਾਈ ਗਈ ਹੈ। ਉਹਦੇ 'ਚ ਇਸ ਤਰ੍ਹਾਂ ਰਿਪੋਰਟ ਮੰਗੀ ਗਈ ਹੋਗੀ ਕਿ ਇਹਨਾਂ ਦੇ ਨੋਮੀਨੇਸ਼ਨ ਰੱਦ ਕਰਨ ਦਾ ਆਧਾਰ ਕੀ ਹੈ, ਵੀ ਜਿਹੜੇ ਨੋਮੀਨੇਸ਼ਨ ਰੱਦ ਕੀਤੇ ਜਾਂ ਇਨਕਰੋਚਮੈਂਟ ਕੀਤੀ ਹੈ ਜਾਂ ਡਿਫਾਲਟਰ ਹੈਗਾ, ਕੀ ਬੰਦਾ ਉਸ ਪਰਿਭਾਸ਼ਾ ਦੇ ਵਿੱਚ ਆਉਂਦਾ ਹੈ ਜਾਂ ਨਹੀਂ ਆਉਂਦਾ ਹੈਗਾ। ਉਹਦੇ 'ਚ ਪੰਜਾਬ ਸਰਕਾਰ ਜਿਹੜੀ ਹੈਗੀ ਆ ਉਹ 14 ਅਕਤੂਬਰ ਨੂੰ ਆਪਦਾ ਰਿਪਲਾਈ ਪੇਸ਼ ਕਰੂਗੀ। ਹਾਲਾਂਕਿ ਪੰਜਾਬ ਸਰਕਾਰ ਨੂੰ ਅੱਜ ਵੀ 1 ਘੰਟਾ ਸੁਣਵਾਈ ਲਈ ਦਿੱਤਾ ਗਿਆ ਸੀ, ਪਰ ਕਿਉਂਕਿ ਸਾਰੇ ਪੰਜਾਬ ਦੇ ਵਿੱਚ ਇਲੈਕਸ਼ਨ ਪ੍ਰੋਸੈਸ ਚੱਲ ਰਿਹਾ ਹੈਗਾ, ਅਧਿਕਾਰੀ ਰੁੱਝੇ ਸੀ ਤੇ ਸਰਕਾਰ ਜਿਹੜਾ ਆਪਦਾ ਪੱਖ ਨਹੀਂ ਰੱਖ ਸਕੀ, ਕਿਉਂਕਿ ਸਰਕਾਰ ਨੇ ਇਹ ਕਿਹਾ ਕਿ 250 ਪੰਚਾਇਤਾਂ 'ਤੇ ਫਿਲਹਾਲ ਜਿਹੜਾ ਕੋਈ ਅਗਲੀ ਕਾਰਵਾਈ ਜੇ ਕੋਈ ਬਣਦੀ ਹੈਗੀ ਤਾਂ ਨਾ ਕੀਤੀ ਜਾਵੇ। ਨੋਮੀਨੇਸ਼ਨ ਮੁਕੰਮਲ ਹੋ ਗਈ ਆ, ਜਿਹੜੇ ਸਿੰਬਲ ਅਲਾਟ ਹੋਣੇ ਆ ਉਹ ਮੁਕੰਮਲ ਹੋ ਗਏ ਆ, ਚੋਣ ਪ੍ਰਚਾਰ ਸ਼ੁਰੂ ਹੋ ਗਿਆ। ਮਤਲਬ ਐਂ ਕਰੋ 8 ਤਰੀਕ ਤੋਂ ਲੈ ਕੇ 14 ਤਰੀਕ ਤੱਕ ਜਿਹੜਾ ਹੁਣ ਕੰਮ ਆ ਉਹ ਸਿਰਫ ਉਮੀਦਵਾਰਾਂ ਦਾ ਹੈਗਾ, ਉਹ ਆਪਦਾ ਪ੍ਰਚਾਰ ਕਰਦੇ ਰਹਿਣਗੇ, ਉਹਦੇ 'ਤੇ ਕੋਈ ਰੋਕ ਨਹੀਂ ਹੈਗੀ। ਪਰ 14 ਅਕਤੂਬਰ ਨੂੰ ਇਹ ਗੱਲ ਫਾਈਨਲ ਹੋਊਗੀ ਵੀ ਕੀ 250 ਪੰਚਾਇਤਾਂ ਦੀ ਚੋਣ ਹੋਣੀ ਆ ਜਾਂ ਉਹਨਾਂ ਲਈ ਨਵਾਂ ਪ੍ਰੋਸੈਸ ਅਡਾਪਟ ਕੀਤਾ ਜਾਊਗਾ। ਸਪੋਜ਼ ਕਰੋ ਹਾਈ ਕੋਰਟ ਇਸ ਸਿੱਟੇ 'ਤੇ ਪਹੁੰਚ ਜਾਂਦੀ ਹੈ ਕਿ ਨੋਮੀਨੇਸ਼ਨ ਗਲਤ ਰੱਦ ਹੋਏ ਆ, ਤਾਂ ਸਾਰਾ ਪ੍ਰੋਸੈਸ ਜਿਹੜਾ ਉਹ ਦੁਬਾਰਾ ਹੋਊਗਾ। ਜੇ ਹਾਈ ਕੋਰਟ ਨੂੰ ਐਂ ਲੱਗਾ ਵੀ ਨਹੀਂ ਇਹ ਠੀਕ ਨਹੀਂ ਹੈਗਾ, ਜਾਂ ਪ੍ਰੀਵਲੀ ਹਿਸਟਰੀ ਵੇਖੀਏ ਤਾਂ ਇਲੈਕਸ਼ਨ ਪਟੀਸ਼ਨ 'ਚ ਆਮ ਤੌਰ 'ਤੇ ਹਾਈ ਕੋਰਟ ਇੰਟਰਫੀਅਰ ਨਹੀਂ ਕਰਦੀ। ਜੇ ਕੋਈ ਇਹ ਆਰਡਰ ਆ ਗਿਆ ਕਿ ਮਤਲਬ ਕੁਛ ਰੱਦ ਕਰ ਦਿਓ ਜਾਂ ਕੁਛ ਸਹੀ ਕਰ ਦਿਓ, ਤਾਂ ਇਹ ਗੱਲ ਜਿਹੜੀ ਜ਼ਿਆਦਾ ਕਲੀਅਰ ਹੈਗੀ ਆ ਉਹ 14 ਅਕਤੂਬਰ ਨੂੰ ਹੋਊਗੀ। ਬਟ ਫਿਲਹਾਲ ਪੰਜਾਬ ਸਰਕਾਰ ਨੂੰ ਇੱਕ ਝਟਕਾ ਕਹਿ ਸਕਦੇ, ਉਹਦੇ ਨਾਲ ਇੱਕ ਪ੍ਰਸ਼ਾਸਨ ਨੂੰ ਬਹੁਤ ਵੱਡੀ ਰਾਹਤ ਮਿਲੀ ਹੈ ਕਿ ਪੰਜਾਬ ਭਰ ਦੇ ਵਿੱਚ ਜਿੱਥੇ ਵੀ ਨੋਮੀਨੇਸ਼ਨ ਰੱਦ ਹੋਈਆਂ ਸੀ ਉੱਥੇ ਐਜੀਟੇਸ਼ਨ ਵਗੈਰਾ ਚੱਲ ਰਹੀਆਂ ਹੈਗੀਆਂ ਸੀ। ਤਾਂ ਇਹਦਾ ਮਤਲਬ ਇਹ ਵੀ ਅੱਜ ਤੋਂ ਲੈ ਕੇ 14 ਅਕਤੂਬਰ ਤੱਕ ਜਿਹੜੀ ਐਜੀਟੇਸ਼ਨਾਂ ਜਿਹੜੀਆਂ ਉਹ ਸਮਾਪਤ ਕਰਨੀਆਂ ਪੈਣਗੀਆਂ, ਰੁਕ ਹੋ ਜਾਣਗੀਆਂ। ਹੁਣ ਫੈਸਲਾ ਅਦਾਲਤ ਵਿੱਚ ਹੈਗਾ, ਉਹ ਪੰਚਾਇਤਾਂ ਦੇ ਹੱਕ 'ਚ ਵੀ ਜਾ ਸਕਦਾ, ਉਹਨਾਂ ਦੇ ਖਿਲਾਫ਼ ਵੀ ਜਾ ਸਕਦਾ ਹੈਗਾ। ਪਰ ਇਹ ਆ ਵੀ ਇਹਨਾਂ 250 ਨੂੰ ਕੱਢ ਕੇ ਬਾਕੀ ਜਿੰਨੇ ਲਗਭਗ 13,000 ਪੰਚਾਇਤ ਬਣਦੀ ਹੈ ਉਹਦੀ ਚੋਣ ਜਿਹੜੀ ਆ ਉਹ ਨਿਰੰਤਰ ਜਾਰੀ ਰਹੂਗੀ। ਹਾਲਾਂਕਿ ਪਟੀਸ਼ਨਰ ਨੇ ਮੰਗ ਕੀਤੀ ਸੀ ਕਿ ਪੂਰੇ ਚੋਣ ਪ੍ਰੋਸੈਸ ਦੇ ਉੱਪਰ ਜਿਹੜੀ ਹੈਗੀ ਰੋਕ ਲਾਈ ਜਾਵੇ, ਹਾਈ ਕੋਰਟ ਨੇ ਪੂਰੀ ਚੋਣ ਪ੍ਰੋਸੈਸ 'ਤੇ ਰੋਕ ਨਹੀਂ ਲਾਈ, ਸਿਰਫ ਜਿੱਥੇ ਡਿਸਪਿਊਟਡ ਕੈਂਡੀਡੇਟ ਹੈਗੇ ਆ ਉੱਥੇ ਕਿਹਾ ਗਿਆ ਭਾਈ ਚੋਣ ਨਾ ਕਰਾਈ ਜਾਵੇ। ਯਾਨੀ ਜਿਹੜਾ ਰੱਦ ਦਾ ਰੌਲਾ ਪਾਇਆ ਜਾ ਰਿਹਾ, ਰੱਦ ਨਹੀਂ ਹੋਣੀ। ਨਹੀਂ, ਆਪਾਂ ਇਹਨੂੰ ਰੱਦ ਨਹੀਂ ਕਹਿ ਸਕਦੇ, ਇਹਨੂੰ ਮੁਅੱਤਲ ਕਹਿ ਸਕਦੇ ਹਾਂ, ਸਸਪੈਂਡ ਕਹਿ ਸਕਦੇ ਹਾਂ। ਰੱਦ ਦਾ ਮਤਲਬ ਤਾਂ ਉਹਨਾਂ ਵੀ ਹੋਣੀਆਂ ਹੀ ਨਹੀਂ ਚੋਣਾਂ, ਹਜੇ ਇਹ ਗੱਲ ਨਹੀਂ ਹੈਗਾ, ਕਿਉਂਕਿ ਉਹਨਾਂ ਨੇ ਕਿਹਾ ਵੀ ਪ੍ਰੋਸੈਸ ਰੋਕ ਲਓ।
ਪ੍ਰੋਸੈਸ ਹਜੇ 14 ਅਕਤੂਬਰ ਤੱਕ ਕੋਈ ਹੋਣਾ ਨਹੀਂ ਹੈਗਾ, ਜੋ ਪ੍ਰੋਸੈਸ ਹੋਣਾ ਸੀ ਹੋ ਚੁੱਕਾ ਹੈ, ਜਿਹੜਾ ਪ੍ਰੋਸੈਸ ਹੋਇਆ ਹਜੇ ਉਹਨੂੰ ਰੱਦ ਨਹੀਂ ਕੀਤਾ ਗਿਆ, ਹਜੇ ਤਾਂ ਇਹ ਵਿਚਾਰਿਆ ਜਾਣਾ ਕਿ ਉਹ ਪ੍ਰੋਸੈਸ ਸਹੀ ਸੀ ਗਲਤ ਸੀ, ਕਿ ਉਹ 'ਚ ਕੋਈ ਇੰਟਰਫੀਰੈਂਸ ਦੀ ਕੋਈ ਲੋੜ ਹੈ ਜਾਂ ਨਹੀਂ ਹੈ। ਇਨਫੈਕਟ 14 ਅਕਤੂਬਰ ਦਾ ਫੈਸਲਾ ਇਹ ਤੈਅ ਕਰੂਗਾ ਕਿ ਪੰਚਾਇਤੀ ਚੋਣਾਂ 250 ਜਿਹੜੀਆਂ ਹੈਗੀਆਂ ਜਾਂ ਅੱਜ ਕੱਲ੍ਹ 50 ਹੋਰ 300 ਹੈਗੀਆਂ ਵੀ ਉਹ ਇਹਨਾਂ ਦੇ ਨਾਲ ਹੀ ਹੋਣਗੀਆਂ ਜਾਂ ਅਲੱਗ ਹੋਣਗੀਆਂ। ਜਿਹੜਿਆਂ ਨੇ ਪੰਚਾਇਤੀ ਚੋਣਾਂ ਚੈਲੰਜ ਨਹੀਂ ਕੀਤੀਆਂ ਜਿਹੜੀਆਂ ਹੈਗੀਆਂ, ਉਹ ਤਾਂ ਲਗਭਗ 13,000 ਪੰਚਾਇਤ ਆ, ਉਹ ਤਾਂ ਚੁਣੀ ਹੀ ਜਾਣੀ ਆ, ਕਿਉਂਕਿ ਉਹ ਤਾਂ ਹਾਈ ਕੋਰਟ ਦੀ ਡਾਇਰੈਕਸ਼ਨ ਸੀ ਕਿ ਪੰਚਾਇਤਾਂ ਦੀ ਇਲੈਕਸ਼ਨ ਕਰਵਾਏ ਜਾਣ। ਹਾਈ ਕੋਰਟ ਦੀ ਡਾਇਰੈਕਸ਼ਨ ਤੋਂ ਬਾਅਦ ਨੋਟੀਫਿਕੇਸ਼ਨ ਜਾਰੀ ਹੋਇਆ ਹੈਗਾ, ਜਿਹੜੇ ਡਿਸਪਿਊਟਡ ਹੈਗੇ ਉਹਦਾ ਫੈਸਲਾ ਜਿਹੜਾ 14 ਅਕਤੂਬਰ ਨੂੰ ਆਊਗਾ। ਜਿਸ ਦਿਨ ਨਾਮਜ਼ਦਗੀਆਂ ਦਾ ਆਖਰੀ ਦਿਨ ਸੀ, ਅਗਲੇ ਦਿਨ ਅਖਬਾਰਾਂ ਦੀ ਸਾਰੀਆਂ ਅਖਬਾਰਾਂ ਦੀ ਹੈਡਲਾਈਨ ਸੀ ਜਿੱਥੇ ਜਿੱਥੇ ਜੋ ਜੋ ਪੂਰੇ ਪੰਜਾਬ ਦੇ ਵਿੱਚ ਨੋਮੀਨੇਸ਼ਨਾਂ ਨੂੰ ਲੈ ਕੇ ਕਾਗਜ਼ ਪਾੜੇ ਗਏ ਜਾਂ ਜੋ ਵੀ ਵਾਇਲੇਸ਼ਨ ਹੋਈ, ਨਹੀਂ ਸਰ ਵੇਖੋ ਇੱਕ ਗੱਲ ਤਾਂ ਇਹ ਹੈ ਕਿ ਇਹਨਾਂ ਇਲੈਕਸ਼ਨਾਂ ਦੇ ਵਿੱਚ ਆਪਾਂ ਦੋ ਤਿੰਨ ਗੱਲਾਂ ਬਹੁਤ ਇੰਪੋਰਟੈਂਟ ਵੇਖਾਂਗੇ। ਗੋਲੀਆਂ ਚੱਲੀਆਂ, ਬੰਦੇ ਮਰੇ ਆ, ਲੀਡਰ ਜ਼ਖਮੀ ਹੋਏ ਆ। ਇੱਕ ਜਿਹੜੀ ਗੱਲ ਨੋਟ ਕੀਤੀ ਗਈ ਕਿ ਗੈਂਗਸਟਰਾਂ ਦਾ ਵੀ ਕਿਤੇ ਨਾ ਕਿਤੇ ਇਹਨਾਂ ਇਲੈਕਸ਼ਨਾਂ 'ਚ ਪ੍ਰਭਾਵ ਜਾਂ ਉਹਨਾਂ ਦੀ ਦਖਲ ਅੰਦਾਜ਼ੀ ਦੇਖੀ ਗਈ ਹੈਗੀ ਆ। ਵਾਇਲੈਂਸ ਤਾਂ ਪੰਜਾਬ 'ਚ ਹੋਈ ਆ, ਇਸੇ ਵਾਰ ਐਜੀਟੇਸ਼ਨ ਦੀਆਂ ਘਟਨਾਵਾਂ ਵੀ ਜ਼ਿਆਦਾ ਹੋਈਆਂ ਹੈਗੀਆਂ, ਤਾਂ ਨੈਚੁਰਲੀ ਇੱਕ ਪੂਰਾ ਜਿਹੜਾ ਪ੍ਰੋਸੈਸ ਆ ਉਹਨੂੰ ਇਹ ਗੱਲਾਂ ਪ੍ਰਭਾਵਿਤ ਕਰਦੀਆਂ ਹੈਗੀਆਂ। ਸਾਰਾ ਕੁਛ ਰਿਪੋਰਟ ਹੋਇਆ ਹੈਗਾ, ਸਾਰਾ ਕੁਛ ਆਨਲਾਈਨ, ਜਿਵੇਂ ਸਪੋਜ਼ ਕਰੋ ਤੁਸੀਂ ਨੋਮੀਨੇਸ਼ਨ ਪਾੜ ਕੇ ਹਵਾ 'ਚ ਸਿੱਟ ਰਹੇ ਹੈਗੇ ਹੋ, ਉਹਦੀਆਂ ਵੀਡੀਓ ਬਣੀਆਂ ਅਖਬਾਰਾਂ 'ਚ, ਖਬਰਾਂ ਛਪੀਆਂ, ਕਿਤੇ ਨਾ ਕਿਤੇ ਉਹਦਾ ਵੀ ਸਰਕਾਰ 'ਤੇ ਅਸਰ ਤਾਂ ਜਿਹੜਾ ਜਾਂ ਫੈਸਲੇ 'ਤੇ ਅਸਰ ਤਾਂ ਪੈਂਦਾ ਹੈ। ਕਿ ਇਹਨਾਂ ਇਲੈਕਸ਼ਨਾਂ ਦੇ ਵਿੱਚ ਆਪਾਂ ਦੋ ਤਿੰਨ ਗੱਲਾਂ ਬਹੁਤ ਇੰਪੋਰਟੈਂਟ ਵੇਖਾਂਗੇ। ਗੋਲੀਆਂ ਚੱਲੀਆਂ, ਬੰਦੇ ਮਰੇ ਆ, ਲੀਡਰ ਜ਼ਖਮੀ ਹੋਏ ਆ। ਇੱਕ ਜਿਹੜੀ ਗੱਲ ਨੋਟ ਕੀਤੀ ਗਈ ਕਿ ਗੈਂਗਸਟਰਾਂ ਦਾ ਵੀ ਕਿਤੇ ਨਾ ਕਿਤੇ ਇਹਨਾਂ ਇਲੈਕਸ਼ਨਾਂ 'ਚ ਪ੍ਰਭਾਵ ਜਾਂ ਉਹਨਾਂ ਦੀ ਦਖਲ ਅੰਦਾਜ਼ੀ ਦੇਖੀ ਗਈ ਹੈਗੀ ਹੈ। ਜੇ ਹਾਈਕੋਰਟ ਨੂੰ ਐਂ ਲੱਗਾ ਵੀ ਨਹੀਂ ਇਹ ਠੀਕ ਨਹੀਂ ਹੈਗਾ ਜਾਂ ਪ੍ਰੀਵਲੀ ਹਿਸਟਰੀ ਵੇਖੀਏ ਤਾਂ ਇਲੈਕਸ਼ਨ ਪਟੀਸ਼ਨ 'ਚ ਆਮ ਤੌਰ 'ਤੇ ਹਾਈਕੋਰਟ ਇੰਟਰਫੀਅਰ ਨਹੀਂ ਕਰਦੀ। ਜੇ ਕੋਈ ਇਹ ਆਰਡਰ ਆ ਗਿਆ ਕਿ ਮਤਲਬ ਕੁਛ ਰੱਦ ਕਰ ਦਿਉ ਜਾਂ ਕੁਛ ਸਹੀ ਕਰ ਦਿਉ, ਬਟ ਫਿਲਹਾਲ ਪੰਜਾਬ